ਫੋਰਨ ਟ੍ਰੇਡ ਪਾਲਿਸੀ 2009 ਤੋਂ 2014 ਦੇ ਵਿੱਚ ਫੋਰਨ ਟ੍ਰੇਡ ਪਾਲਿਸੀ ਦੀ ਮੀਨਿੰਗ ਕਿਸੀ ਕਾ ਵੀ ਅਸੀਂ ਕੀ ਹੈ ਫੋਰਨ ਦੇ ਨਾਲ ਜੋ ਹੈ ਬਿਜ਼ਨਸ ਕਰੀਏ ਮੀਨ ਇੰਪੋਰਟ ਐਕਸਪੋਰਟ ਆਰ ਓ ਵੀ ਵਰਡ ਦੇ ਵਿੱਚ ਹੋ ਸਕੇ ਉਹਨਾਂ ਦਾ ਮੇਨ ਜਿਹੜਾ ਮਕਸਦ ਸੀਗਾ ਕਿਹੜੇ ਕਿਹੜੇ ਸੈਕਟਰ ਦੇ ਉੱਪਰ ਕੰਮ ਕਰਨਾ ਉਹਨਾਂ ਨੂੰ ਸਟਾਰਟ ਕੀਤਾ ਸਭ ਤੋਂ ਪਹਿਲਾਂ ਜੈਮਸ ਐਂਡ ਜੂਲੀ ਸੈਕਟਰ ਦੇ ਕਿਸੇ ਵੀ ਪ੍ਰਕਾਰ ਦੇ ਜਿਵੇਂ ਜੈਮਸ ਵਗੈਰਾ ਮੀਨਸ ਹੀਰਾ ਮੋਤੀਜ਼ਾਰਾ ਜਾਂ ਫਿਰ ਕਿਸੇ ਵੀ ਗਹਿਣੇ ਵਗੈਰਾ ਬਣਦੇ ਉਸ ਸੈਕਟਰ ਦੇ ਉੱਪਰ ਮੇਨ ਧਿਆਨ ਦਿੱਤਾ ਗਿਆ ਮਾਰਕੀਟ ਨੂੰ ਪੂਰਾ ਸਪੋਰਟ ਕੀਤਾ ਗਿਆ ਉਸ ਤੋਂ ਬਾਅਦ ਫਿਰ ਐਗਰੀਕਲਚਰ ਸੈਕਟਰ ਦੇ ਉੱਪਰ ਫਿਰ ਹੈਗਾ ਲੈਦਰ ਸੈਕਟਰ ਲੈਦਰ ਦਾ ਮੀਨਸ ਜਿੰਨੇ ਵੀ ਲੈਦਰ ਦਾ ਕੰਮ ਹੋ ਰਿਹਾ ਚਮੜੇ ਚਮੜੇ ਦਾ ਉਹਦੇ ਉੱਪਰ ਵੀ ਮੇਨ ਸੈਕਟਰ ਦੇ ਉੱਪਰ ਧਿਆਨ ਦਿੱਤਾ ਗਿਆ ਚਾਹ ਦਾ ਉਤਪਾਦਨ ਗੌਰਮੈਂਟ ਨੇ ਧਿਆਨ ਦਿੱਤਾ ਵੀ ਜਿੰਨੇ ਵੀ ਚਾਹ ਵਗੈਰਾ ਵੀ ਮੋਸਟਲੀ ਜ਼ਿਆਦਾ ਚਾਹ ਇੰਡੀਆ ਦੇ ਵਿੱਚ ਜਿਵੇਂ ਬਣਦੀ ਹੈਗੀ ਉਹਦੇ ਉੱਪਰ ਵੀ ਮੇਨ ਤੁਹਾਡਾ ਧਿਆਨ ਦਿੱਤਾ ਗਿਆ ਫਿਰ ਫਾਰਮਾਸਟੀਕਲ ਮੀਨਸ ਜਿੰਨੀਆਂ ਦਵਾਈਆਂ ਵਗੈਰਾ ਹੋ ਗਈਆਂ ਦਵਾਈਆਂ ਵਾਲੇ ਸੈਕਟਰ ਦੇ ਉੱਪਰ ਵੀ ਧਿਆਨ ਦਿੱਤਾ ਗਿਆ ਤਾਂ ਕਿ ਇਸ ਨੂੰ ਵੀ ਅਸੀਂ ਇੰਪੋਰਟ ਐਕਸਪੋਰਟ ਦੇ ਵਿੱਚ ਇੰਪੋਰਟ ਨਹੀਂ ਐਕਸਪੋਰਟ ਦੇ ਵਿੱਚ ਜ਼ਿਆਦਾਤਰ ਯੂਜ਼ ਕਰ ਸਕੀਏ ਚਾਹ ਆਪਣੇ ਇੱਥੇ ਜਿਵੇਂ ਬਹੁਤ ਸਾਰੇ ਏਰੀਆ ਹੈ ਜਿਵੇਂ ਜਿੱਥੇ ਚਾਹ ਖੇਤੀ ਹੁੰਦੀ ਹੈਗੀ ਹੈ ਅਰੁਣਾਚਲ ਪ੍ਰਦੇਸ਼ ਚੱਲ ਰਹੀ ਆਸਾਮ ਵਗੈਰਾ ਜ਼ਿਆਦਾ ਹੈਗੀ ਹੈ ਹਨਾ ਉੱਥੇ ਖੇਤੀ ਹੈਗੀ ਤਾਂ ਉਹ ਜ਼ਿਆਦਾਤਰ ਚਾਹ ਦੀ ਐਕਸਪੋਰਟ ਕਰੀ ਇਹ ਸੈਕਟਰ ਸੀਗੇ ਜਿਨ੍ਹਾਂ ਦੇ ਉੱਪਰ ਉਹਨਾਂ ਨੇ ਮੇਨ ਧਿਆਨ ਦਿੱਤਾ ਵੀ ਅਸੀਂ ਇਹ ਸੈਕਟਰ ਦੀ ਜਿੰਨੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਾਂਗੇ ਪਲੱਸ ਉਹਦੇ ਨਾਲ ਕੀ ਸਾਨੂੰ ਫਾਇਦਾ ਹੋਵੇਗਾ ਐਕਸਪੋਰਟ ਅਸੀਂ ਇਨਕਰੀਜ਼ ਕਰ ਸਕਦੇ ਜਿੰਨਾ ਹਿਮਾਚਲ ਦੇ ਵਿੱਚ ਹੁੰਦੇ ਜਿਵੇਂ ਸੇਬ ਵਗੈਰਾ ਹੋ ਗਏ ਖੇਤੀ ਜ਼ਿਆਦਾ ਹੁੰਦੀ ਹੈ ਉੱਪਰ ਉੱਤਰਾਖੰਡ ਸਾਈਡ ਜਿਵੇਂ ਪਿਸ਼ਤਾ ਅਖਰੋਟ ਵਗੈਰਾ ਹੁੰਦੇ ਨੇ ਹਿਮਾਚਲ ਦੇ ਇੱਥੇ ਸੋਰੀ ਉੱਤਰਾਖੰਡ ਵਾਲੀ ਸਾਈਡ ਤੇ ਅਖਰੋਟ ਦੀ ਖੇਤੀ ਕੀਤੀ ਜਾਂਦੀ ਹੈ ਉੱਤਰਾਖੰਡ ਦੇ ਕੁਛ ਉੱਪਰ ਹੁੰਦੀ ਅਖਰੋਟ ਵਗੈਰਾ ਹੁੰਦੇ ਤਾਂ ਇਹਨਾਂ ਦੇ ਉੱਪਰ ਕੀ ਉਹਨਾਂ ਨੇ ਇਸ ਖੇਤੀ ਨੂੰ ਜ਼ਿਆਦਾ ਵਧਾਉਣਾ ਤਾਂ ਕਿ ਇਹਨੂੰ ਕੀ ਐਕਸਪੋਰਟ ਇਨਕਰੀਜ਼ ਫੋਰਨ ਟ੍ਰੇਡ ਪਾਲਿਸੀ ਦਾ ਮੇਨ ਮਕਸਦ ਇਹ ਸੀਗਾ ਇਹ ਸਾਰੀਆਂ ਅਸੀਂ ਕੈਪੀਟਲ ਗੁਡਸ ਦੇ ਵਿੱਚ ਵੀ ਲੈ ਸਕਦੇ ਜਿਹੜੀਆਂ ਜਿੰਨੀ ਜ਼ਿਆਦਾ ਮਹਿੰਗੀ ਗੁਡਸ ਹੁੰਦੀਆਂ ਉਹਨਾਂ ਨੂੰ ਕੈਪੀਟਲ ਗੁਡਸ ਦੇ ਵਿੱਚ ਵੀ ਲੈ ਸਕਦੇ ਮੀਨਸ ਉਹਨਾਂ ਨੇ ਇਸ ਚੀਜ਼ ਧਿਆਨ ਦਿੱਤਾ ਕਿ ਅਸੀਂ ਇਹਦੀ ਪ੍ਰੋਡਕਸ਼ਨ ਜਿੰਨੀ ਕਰਾਂਗੇ ਪਲੱਸ ਸਾਡਾ ਐਕਸਪੋਰਟ ਵੀ ਬਾਹਰ ਦੇ ਰੁਪਈਏ ਦੇ ਹਿਸਾਬ ਨਾਲ ਮੈਂ ਦੇਣੀ ਨਾ ਕਾਜੂ ਦਾ